ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਜੀ ਬੁੱਢਣ ਸਾਹਵਲ ਭੇਜ ਕੇ ਆਪ ਵਾਪਸ ਅੰਮ੍ਰਿਤਸਰ ਆ ਗਏ ਅਕਾਲ ਤਖਤ ਉੱਤੇ ਆਪ ਜੀ ਰੋਜ਼ ਦੀਵਾਨ ਲਗਾ ਕੇ ਬਾਹਰੋਂ ਆਈਆਂ ਸੰਗਤਾਂ ਨੂੰ ਆਪਣੇ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ ਅਤੇ ਆਪਣੇ ਯੋਧਿਆਂ ਨੂੰ ਯੁੱਧ ਅਭਿਆਸ ਕਰਾਉਣ ਵਾਸਤੇ ਸ਼ਿਕਾਰ ਖੇਡਣ ਲੈ ਜਾਂਦੇ ਅਤੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਆਪਣੇ ਯੋਧਿਆਂ ਨੂੰ ਸਿਖਾਉਂਦੇ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਦੇ ਹੋਏ ਆਪਣੇ ਜਨਮ ਸਥਾਨ ਵਡਾਲੀ ਪਿੰਡ ਦੀ ਜੂ ਵਿੱਚ ਪਹੁੰਚ ਗਏ ਗੁਰੂ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਸਿੱਖਾਂ ਨੇ ਨਮਸਕਾਰਾਂ ਕੀਤੀਆਂ ਅਤੇ ਬੈਠ ਕੇ ਗੁਰੂ ਜੀ ਦੀ ਬਾਲ ਅਵਸਥਾ ਦੀਆਂ ਗੱਲਾਂ ਬੜੇ ਪਿਆਰ ਨਾਲ ਕੀਤੀਆਂ ਜਦ ਥੋੜਾ ਜਿਹਾ ਦਿਨ ਰਹਿ ਗਿਆ ਅਤੇ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਇੱਕ ਕਿਸਾਨ ਨੇ ਆਨ ਕੇ ਬੇਨਤੀ ਕੀਤੀ ਕਿ ਇੱਕ ਬੜਾ ਭਾਰੀ ਸੂਰ ਸਾਡੀਆਂ ਖੇਤੀਆਂ ਉਜਾੜਦਾ ਰਹਿੰਦਾ ਹੈ ਆਪ ਉਸ ਦਾ ਸ਼ਿਕਾਰ ਕਰਕੇ ਸਾਡਾ ਇਹ ਦੁੱਖ ਦੂਰ ਕਰੋ ਕਿਸਾਨ ਦੀ ਇਹ ਗੱਲ ਸੁਣ ਕੇ ਗੁਰੂ ਜੀ ਆਪਣੇ ਯੋਧਿਆਂ ਸਹਿਤ ਉਸ ਦੇ ਨਾਲ ਤੁਰ ਪਏ ਅੱਗੇ ਸੂਰ ਇੱਕ ਝਾੜੀ ਵਿੱਚ ਬੈਠਾ ਹੋਇਆ ਸੀ ਉਹ ਆਦਮੀਆਂ ਦਾ ਰੌਲਾ ਸੁਣ ਕੇ ਭਬਕ ਮਾਰ ਕੇ ਉੱਠ ਪੱਜਾ ਗੁਰੂ ਜੀ ਨੇ ਪੈਂਦੇਖਾਂ ਨੂੰ ਲਲਕਾਰਿਆ ਕਿ ਸੂਰ ਜਾਣਾ ਨਾ ਪਾਵੇ ਪੈਂਦੇਖਾਂ ਨੇ ਸੂਰ ਪਿੱਛੇ ਆਪਣਾ ਘੋੜਾ ਦੁੜਾ ਕੇ ਉਸ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਫੱਟੜ ਹੋਇਆ ਸੂਰ ਭੱਜ ਕੇ ਪੈਂਦੇਖਾਂ ਦੇ ਘੋੜੇ ਨੂੰ ਪੈ ਗਿਆ ਅਤੇ ਉਸ ਨੂੰ ਹੁੱਡਾਂ ਮਾਰ ਕੇ ਜ਼ਖਮੀ ਕਰ ਦਿੱਤਾ ਗੁਰੂ ਜੀ ਨੇ ਆਪਣਾ ਘੋੜਾ ਅੱਗੇ ਕਰਕੇ ਉਸ ਨੂੰ ਤਲਵਾਰ ਦੇ ਇੱਕ ਭਰਪੂਰ ਵਾਰ ਨਾਲ ਦੋ ਖੰਡ ਕਰ ਦਿੱਤਾ। ਸਰੀਰ ਤਿਆਗ ਕੇ ਸੂਰ ਦੀ ਰੂਹ ਗੁਰੂ ਜੀ ਦੇ ਸਾਹਮਣੇ ਖੜੀ ਹੋ ਗਈ। ਭਾਈ ਭਾਨੇ ਨੇ ਉਸ ਨੂੰ ਪੁੱਛਿਆ ਤੂੰ ਕੌਣ ਹੈ? ਸੂਰ ਦੀ ਰੂਹ ਨੇ ਕਿਹਾ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਸੀ। ਗੁਰੂ ਜੀ ਨੇ ਮੈਨੂੰ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਪਾਸ ਵਾਰ ਲੈਣ ਭੇਜਿਆ ਸੀ। ਤਦ ਭਾਈ ਬੁੱਢਾ ਜੀ ਨੇ ਸਹਿਜ ਸੁਭਾਅ ਹੀ ਬਚਨ ਕਰ ਦਿੱਤਾ ਕਿ ਗੁਰੂ ਕਿਆਂ ਨੂੰ ਕਿੱਧਰੋਂ ਪਾਜੜ ਪਈ ਹੈ ਤਾਂ ਮੈਨੂੰ ਗੁੱਸਾ ਆਇਆ ਮੈਂ ਆਪਣੇ ਮੂੰਹ ਵਿੱਚ ਗੁੰਗਣਾਉਣ ਲੱਗਾ ਮੇਰੇ ਵੱਲ ਵੇਖ ਕੇ ਭਾਈ ਬੁੱਢਾ ਜੀ ਬੋਲੇ ਕਿਉਂ ਸੂਰ ਵਾਂਗੂ ਘੁਰਕੁਰ ਕਰ ਰਿਹਾ ਹੈ ਬਾਬਾ ਜੀ ਦਾ ਇਹ ਬਚਨ ਸੁਣ ਕੇ ਮੈਂ ਬਾਬਾ ਜੀ ਦੇ ਪੈਰੀਂ ਪੈ ਗਿਆ ਅਤੇ ਬੇਨਤੀ ਕੀਤੀ ਕਿ ਮੇਰਾ ਉਧਾਰ ਕਦੋਂ ਹੋਵੇਗਾ ਇਸ ਪਰ ਬਾਬਾ ਜੀ ਨੇ ਨਰਮ ਹੋ ਕੇ ਕਿਹਾ ਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸ਼ਿਕਾਰ ਕਰਦੇ ਹੋਏ ਤੈਨੂੰ ਮਾਰਨਗੇ ਤਦੋਂ ਤੇਰੀ ਕਲਿਆਣ ਹੋਵੇਗੀ ਜਦ ਇਤਨੇ ਗੱਲ ਦੱਸ ਕੇ ਸੂਰ ਦੀ ਰੂਹ ਅਲੋਪ ਹੋ ਗਈ ਤਾਂ ਭਾਈਪਾਨਾਂ ਅਤੇ ਹੋਰ ਸਿੱਖ ਬੜੇ ਹੈਰਾਨ ਹੋਏ ਗੁਰੂ ਜੀ ਨੇ ਟੋਆ ਪਟਾ ਕੇ ਸੂਰ ਦੇ ਸਰੀਰ ਨੂੰ ਉਸ ਵਿੱਚ ਦਬਵਾ ਦਿੱਤਾ ਅਤੇ ਯਾਦਗਾਰ ਵਜੋਂ ਉੱਥੇ ਦਮਦਮਾ ਸਾਹਿਬ ਇੱਕ ਚਬੂਤਰਾ ਬਣਵਾ ਦਿੱਤਾ ਇੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਜੋ ਵਡਾਲੀ ਪਿੰਡ ਤੋਂ ਪੱਛਮ ਦਿਸ਼ਾ ਨੂੰ ਅੱਧਾ ਕੋ ਮੇਲ ਦੂਰ ਹੈ ਇਸ ਦਾ ਨਾਮ ਦਮਦਮਾ ਕਰਕੇ ਪ੍ਰਸਿੱਧ ਹੈ ਅੰਮ੍ਰਿਤਸਰ ਤੋਂ ਇੱਕ ਦਿਨ ਗੁਰੂ ਜੀ ਵਡਾਲੀ ਤੋਂ ਬੀੜ ਬਾਬਾ ਬੁੱਢਾ ਜੀ ਗਏ ਬੀੜ ਦਾ ਇੰਤਜ਼ਾਮ ਵੇਖ ਕੇ ਆਪ ਜੀ ਨੇ ਉੱਥੇ ਬਾਬਾ ਜੀ ਦੀ ਯਾਦਗਾਰ ਵੱਜੋਂ ਭਾਈ ਭਾਨੇ ਨੂੰ ਆ ਕੇ ਮੰਜੀ ਬਣਵਾਈ ਉਸ ਉਪਰੰਤ ਤਰਨਤਾਰਨ ਜਾ ਕੇ ਭਾਦਰੋਂ ਮਸਿਆ ਪ੍ਰਚਲਿਤ ਕੀਤੀ ਫਿਰ ਗੁਰੂ ਜੀ ਚੋਲਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਸੰਗਤਾਂ ਨੂੰ ਪਿੰਡ ਚੋਲੇ ਦਾ ਪ੍ਰਸੰਗ ਦੱਸਿਆ ਕਿ ਇਸ ਦਾ ਨਾਮ ਗੁਰੂ ਜੀ ਨੇ ਚੋਲਾ ਕਿਉਂ ਰੱਖਿਆ ਸੀ ਇੱਥੋਂ ਚੱਲ ਕੇ ਪਿੰਡ ਪੱਠੇਵਿੰਡ ਗੁਰੂ ਨਾਨਕ ਜੀ ਦੇ ਡੇਰੇ ਦੇ ਦਰਸ਼ਨ ਕਰਨ ਗਏ। ਇਹ ਪਿੰਡ ਬਾਬੇ ਕਾਲੂ ਚੰਦ ਜੀ ਦਾ ਖਾਨਦਾਨੀ ਪਿੰਡ ਸੀ। ਇੱਕ ਵਾਰ ਸੁਲਤਾਨਪੁਰ ਤੋਂ ਤਲਵੰਡੀ ਨੂੰ ਜਾਂਦੇ ਹੋਏ ਗੁਰੂ ਜੀ ਇੱਥੇ ਆਏ ਸਨ। ਪਰ ਇਹਨਾਂ ਦੇ ਸ਼ਰੀਕ ਭਾਈਆਂ ਨੇ ਇਹਨਾਂ ਨੂੰ ਪਿੰਡ ਵਿੱਚ ਨਹੀਂ ਸੀ ਬੈਠਣ ਦਿੱਤਾ। ਜਿਸ ਕਰਕੇ ਆਪ ਜੀ ਨੇ ਪਿੰਡ ਤੋਂ ਬਾਹਰ ਜਾ ਕੇ ਵਿਸ਼ਰਾਮ ਕੀਤਾ। ਜਦ ਪਿੰਡ ਵਾਲਿਆਂ ਬੇਦੀਆਂ ਨੇ ਗੁਰੂ ਜੀ ਨੂੰ ਪਿੰਡ ਵਿੱਚ ਬੈਠਣ ਨਾ ਦਿੱਤਾ। ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਪਿੰਡ ਦਾ ਤੁਸੀਂ ਮਾਣ ਕਰਦੇ ਹੋ ਇਸ ਦਾ ਖੁਰਾ ਖੋਜ ਮਿਟ ਜਾਏਗਾ ਇਹ ਥੇ ਹੋ ਜਾਏਗਾ ਕੁਝ ਸਮੇਂ ਉਪਰੰਤ ਪਿੰਡ ਵਿੱਚ ਵੈਰ ਵਿਰੋਧ ਦੇ ਕਾਰਨ ਲੋਕ ਪਿੰਡ ਛੱਡ ਕੇ ਭੱਜ ਗਏ ਅਤੇ ਪਿੱਛੋਂ ਹੋਰ ਲੋਕਾਂ ਨੇ ਪਿੰਡ ਨੂੰ ਢਾ ਕੇ ਢੇਰੀ ਕਰ ਦਿੱਤਾ ਗੁਰੂ ਜੀ ਨੇ ਇਸ ਜਗ੍ਹਾ ਨੂੰ ਨਮਸਕਾਰ ਕੀਤੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ ਇਸ ਉਪਰੰਤ ਗੁਰੂ ਜੀ ਉਸ ਸਥਾਨ ਦੇ ਦਰਸ਼ਨ ਕਰਨ ਚਲੇ ਗਏ ਜਿੱਥੇ ਭਾਈ ਹੇਮੇ ਦੀ ਝੌਂਪੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਰਾਤ ਵਿਸ਼ਰਾਮ ਕੀਤਾ ਸੀ ਅਤੇ ਪ੍ਰਸੰਤਾਪੂਰਵਕ ਇਹ ਸ਼ਬਦ ਉਚਾਰਨ ਕੀਤਾ ਸੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ ਭਲੀ ਸੁਹਾਵੀ ਛਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨੈ ਧੌਲ ਹਰ ਜਿਤ ਹਰ ਬਿਸਰਾਏ ਰਹਾਓ ਅਨਹਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬਡਪਣਾ ਮਾਇਆ ਲਪਟਾਏ ਪੀਸਣ ਪੀਸਿ ਉਡ ਕਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤਨਹਿ ਤ੍ਰਿਪਤਾਏ ਨਗਰ ਫਿਰ ਤਰੰਗ ਏਕ ਹੈ ਉਹ ਸੋ ਬਾਪਾਏ ਪਾਟ ਪਟੰਬਰ ਬਿਰਥਿਆ ਜਿਹ ਰਚ ਲੁਭਾਏ ਸਬ ਕਿਛ ਤੁਮ ਰੈ ਹਾਥ ਪ੍ਰਭ ਆਪ ਕਰ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ